ਕਵੀ ਦੇ ਤੌਰ ਤੇ ਮੈਂ ਉਹਨਾਂ ਨੂੰ ਜਾਣਦੀ ਸੀ ਤੇ ਉਸ ਸੰਮੇਲਨ ਦੇ ਵਿੱਚ ਨਾ ਫਿਰ ਬਹੁਤ ਸਾਰੇ ਇਦਾਂ ਦੇ ਲੋਕ ਆਏ ਜਿਹੜੇ ਬਾਬਾ ਬਲਵੰਤ ਦੇ ਮਿੱਤਰ ਸੀਗੇ, ਉਹਨਾਂ ਦੇ ਨਾਲ ਰਹੇ ਹੋਏ ਸੀ, ਜਿਵੇਂ ਗੁਰਚਰਨ ਸਿੰਘ ਅਰਸ਼ੀ, ਉਹਨਾਂ ਨੇ ਕਿਤਾਬ ਵੀ ਲਿਖੀ ਆ ਉਸ ਵੇਲੇ ਉਹਨਾਂ ਦੇ ਬਾਰੇ ਬਹੁਤ ਹੀ ਇੰਟੀਮੇਟ ਗੱਲਾਂ ਦੱਸ ਰਹੇ ਸੀ ਕਿ ਉਹ ਆਪਣੇ ਨਿੱਤ ਜੀਵਨ ਵਿੱਚ ਕਿਵੇਂ ਦੇ ਸੀਗੇ। ਅਤੇ ਉਹਨਾਂ ਨੇ ਫਿਰ ਇੱਕ ਉਹਨਾਂ ਦੀ ਚਿੱਠੀ, ਉਹਨਾਂ ਦੀ ਬਹੁਤ ਖੂਬਸੂਰਤ ਹੈਂਡ ਰਾਈਟਿੰਗ ਸੀ, ਉਹ ਚਿੱਠੀ ਵੀ ਉਹਨਾਂ ਨੇ ਉੱਥੇ ਲਿਆਂਦੀ ਕਿ ਉਹ ਇੱਦਾਂ ਪੱਤਰਾਚਾਰ ਕਰਦੇ ਸੀ, ਬੜੇ ਕਰਟੀਅਸ ਸੀਗੇ, ਲੋਕਾਂ ਨਾਲ ਬਹੁਤ ਵਧੀਆ ਬਹੁਤ ਪਿਆਰ ਨਾਲ ਰਹਿੰਦੇ ਹੁੰਦੇ ਸੀਗੇ। ਅਤੇ ਮੈਨੂੰ ਅਚਾਨਕ ਮਤਲਬ ਮੈਨੂੰ ਉਹਨਾਂ ਦਾ ਕਵੀ ਹੋਣਾ ਦੇ ਨਾਲ ਨਾਲ ਨਾ ਉਹਨਾਂ ਦਾ ਇੱਕ ਹਿਊਮਨ ਹੋਣਾ ਮੈਨੂੰ ਉੱਥੇ ਜਾ ਕੇ ਮੈਨੂੰ ਮਹਿਸੂਸ ਹੋਇਆ। ਅਤੇ ਮੈਨੂੰ ਬੜੀ ਇੱਕ ਅਜੀਬ ਜੀ ਉਦਾਸੀ ਹੋਈ ਕਿ ਦੇਖੋ ਕੁਛ ਕਵੀ ਜਿਹੜੇ ਗੁਜ਼ਰ ਚੁੱਕੇ ਹੁੰਦੇ ਆ, ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਪਿਆਰ ਕਰ ਲਓ ਪਰ ਤੁਸੀਂ ਕਦੇ ਉਹਨਾਂ ਨੂੰ ਦੇਖ ਨਹੀਂ ਸਕਦੇ ਨਾ। ਬਹੁਤ ਸਾਰੇ ਪੋਇਟਸ ਤੁਹਾਨੂੰ ਇੱਦਾਂ ਮਹਿਸੂਸ ਹੁੰਦਾ, ਤੁਹਾਡਾ ਇੱਕ ਬੜਾ ਸੋਲ ਕਨੈਕਸ਼ਨ ਹੁੰਦਾ ਆ, ਪਰ ਕੁਛ ਵੀ ਕਰ ਲਓ ਉਹ ਹੁਣ ਤੁਹਾਡੇ ਲਈ ਇਹ ਪੋਸੀਬਲ ਨਹੀਂ ਹੁੰਦਾ ਕਿ ਤੁਸੀਂ ਉਸ ਬੰਦੇ ਨੂੰ ਹੱਥ ਹਿਲਾਉਂਦੇ ਹੋਏ ਦੇਖ ਸਕੋ ਜਾਂ ਉਸ ਬੰਦੇ ਦੀ ਸ਼ਕਲ ਨੂੰ ਦੇਖ ਸਕੋ। ਸੋ ਇਸ ਗੱਲੋਂ ਮੈਨੂੰ ਇਹ ਬੜਾ ਚੰਗਾ ਲੱਗਾ ਕਿ ਮੈਂ ਅਸੀਂ ਮਤਲਬ ਜਸਵੰਤ ਸਿੰਘ ਕੰਵਲ ਨੂੰ ਇੱਥੇ ਦੇਖ ਸਕ ਰਹੇ ਹਾਂ। ਮੇਰਾ ਇਹ ਵੀ ਇੱਕ ਬਹੁਤ ਵੱਡਾ, ਕਿਉਂਕਿ ਮੈਨੂੰ ਇੱਦਾਂ ਪਹਿਲਾਂ ਉੱਥੇ ਜਾ ਕੇ ਮੈਨੂੰ ਇੱਦਾਂ ਮਹਿਸੂਸ ਹੋਇਆ ਸੀ, ਮੈਨੂੰ ਲੱਗਾ ਕਿ ਇੱਥੇ ਮੈਂ ਆਈ ਹੋਰ ਤਰ੍ਹਾਂ ਸੀ, ਪਰ ਇੱਥੇ ਆ ਕੇ ਦੂਜਿਆਂ ਕੋਲੋਂ ਸੁਣ ਕੇ ਨਾ ਮੈਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਇੱਕ ਪੋਇਟ ਦਾ ਵੀ ਇੱਕ ਹਿਊਮਨ ਆਸਪੈਕਟ ਹੁੰਦਾ ਔਰ ਉਸ ਬੰਦੇ ਨੂੰ ਪੂਰੀ ਤਰ੍ਹਾਂ ਸਮਝਣ ਵਾਸਤੇ ਕਈ ਵਾਰੀ ਉਹਦੀ ਭੰਗੀਮਾ, ਉਹਦੇ ਉਹ ਜੈਸਚਰਸ, ਉਹਦਾ ਉੱਠਣਾ ਬਹਿਣਾ ਦੇਖਣਾ ਵੀ ਬਹੁਤ ਸਾਡੀ ਸਮਝ ਨੂੰ ਐਨਰਿਚ ਕਰਦਾ ਹੈ। ਔਰ ਅਸੀਂ ਕਿਤੇ ਨਾ ਇਹੋ ਜਿਹੀ ਮਟੀਰੀਐਲਿਟੀ ਨੂੰ ਆਪਣੀ ਸਾਹਿਤਕ ਆਲੋਚਨਾ ਦੇ ਵਿੱਚ ਨਾ ਮਨਫੀ ਹੀ ਕਰਦੇ ਰਹੇ ਹਾਂ ਨਾ। ਉਹ ਇਸੇ ਕਰਕੇ ਅਕੈਡਮਿਕਸ ਦਾ ਅਤੇ ਲਿਟਰੇਚਰ ਦਾ ਅਤੇ ਫਿਲੋਸਫੀ ਦਾ ਅਤੇ ਪੋਲੀਟੀਕਲ ਸਾਇੰਸ ਦਾ ਜਿਹੜਾ ਅੰਤਰ ਸੀ ਉਹ ਬਹੁਤ ਜ਼ਿਆਦਾ ਵੱਧਦਾ ਗਿਆ ਨਾ। ਹੁਣ ਵੀ ਹੁਣ ਇਹੀ ਗੱਲ ਲੋਕ ਫਿਰ ਕਹਿਣ ਲੱਗ ਪਏ ਚਲੋ ਫੋਨ 'ਤੇ ਗੱਲ ਹੋ ਗਈ, ਉਹ ਅਸੀਂ ਉੱਤੇ ਸਹਾਰਾ ਕਰ ਲੈਂਦੇ ਕਿ ਚਲੋ ਫੋਨ 'ਤੇ ਗੱਲ ਹੋ ਗਈ, ਪਰ ਸਾਰੀਆਂ ਗੱਲਾਂ ਫੋਨ 'ਤੇ ਨਹੀਂ ਹੋ ਸਕਦੀਆਂ। ਕਿਸੇ ਨੂੰ ਜੀਂਦੇ ਜੀ ਦੇਖਣਾ, ਕਿਸੇ ਨੂੰ ਇਹ ਕਰਨਾ, ਮਤਲਬ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰਦੀ ਪਈ ਕਿ ਵੀ ਉੱਥੇ ਜਾ ਕੇ ਜਦੋਂ ਮੈਂ ਲੋਕਾਂ ਦੇ ਕੋਲੋਂ ਗੱਲਾਂ ਸੁਣੀਆਂ ਤਾਂ ਮੈਨੂੰ ਇੱਕ ਬੜੀ ਅਜੀਬ ਜੀ ਇੱਕ ਉਦਾਸੀ ਮਹਿਸੂਸ ਹੋਈ ਕਿ ਜੇ ਤੁਹਾਨੂੰ ਕੋਈ ਲੋਕ ਪੋਇਟ ਚੰਗੇ ਲੱਗਦੇ ਹੋਣ ਅਤੇ ਜੇ ਪੋਸੀਬਲ ਹੋਏ ਤਾਂ ਤੁਹਾਨੂੰ ਉਹਨਾਂ ਨੂੰ ਮਿਲ ਵੀ ਲੈਣਾ ਚਾਹੀਦਾ ਹੈ ਨਾ। ਉਹ ਮਤਲਬ ਇਹ ਇੱਕ ਬੜੀ ਅਜੀਬ ਜੀ ਰੀਅਲਾਈਜੇਸ਼ਨ, ਇੱਕ ਅਵੇਕਨਿੰਗ ਸੀ ਜਿਹੜੀ ਮੈਨੂੰ ਉਦੋਂ ਹੋਈ। ਅਤੇ ਇਸ ਕਰਕੇ ਵੀ ਮੈਨੂੰ ਇੱਥੇ ਆਉਣਾ ਚੰਗਾ ਲੱਗਾ ਕਿ ਦੇਖੋ ਅਸੀਂ ਕਿੰਨੇ ਘੱਟ ਪੋਇਟਸ ਆ ਜੋ ਆਪਣੀ ਜਨਮ ਛਤੀ ਪੂਰੀ ਕਰਦੇ ਆ, ਨਾ ਕਿ ਅਸੀਂ ਉਹਨਾਂ ਦੀ ਜਨਮ ਛਤੀ ਆਪ ਮਨਾਉਂਦੇ ਹਾਂ। ਸੋ ਜਿਨ੍ਹਾਂ ਲੋਕਾਂ ਨੇ ਵੀ ਉਸ, ਕਿਉਂਕਿ ਸਾਡੇ ਕੋਲ ਤਾਂ ਦੇਖੋ ਕੋਈ ਸੋਰਸ ਹੀ ਨਾ ਹੁੰਦਾ, ਜੇਕਰ ਲੇਖਕ ਨਾ ਲਿਖਦੇ ਅਸੀਂ ਕੇਵਲ ਇਤਿਹਾਸ 'ਤੇ ਵੀ ਰਿਲਾਈ ਨਹੀਂ ਕਰ ਸਕਦੇ। ਤਾਂ ਹੁਣ ਸਾਨੂੰ ਬਾਹਲਾ ਹੀ ਪਤਾ ਲੱਗ ਗਿਆ ਕਿ ਇਤਿਹਾਸ ਜਿਹੜਾ ਲਿਖਦਾ ਆ ਉਹ ਬਹੁਤ ਚਤੁਰ ਹੋ ਸਕਦਾ ਆ, ਉਹ ਸੱਤਾ ਦਾ ਏਜੰਟ ਹੋ ਸਕਦਾ ਆ। ਸੋ ਅਸੀਂ ਪਰ ਲੇਖਕ 'ਤੇ ਇਹ ਭਰੋਸਾ ਹਮੇਸ਼ਾ ਕਰ ਸਕਦੇ ਹਾਂ ਕਿਉਂਕਿ ਉਹ ਮਨੁੱਖਤਾ ਦਾ ਏਜੰਟ ਹੁੰਦਾ ਆ। ਸੋ ਮੈਨੂੰ ਲੱਗਦਾ ਕਿ ਉਹ ਆਪਣੇ ਰਾਈਟਰਸ ਨੂੰ, ਆਪਣੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਦੀ ਵੀ ਕਿਸੇ ਸਮੇਂ ਨੂੰ ਡਾਕੂਮੈਂਟ ਕੀਤਾ ਹੋਵੇ ਉਹਨੂੰ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ, ਉਹਨੂੰ ਉਸਦੀ ਉਹਦੀ ਫਿਜ਼ੀਕੈਲਿਟੀ ਵਿੱਚ ਵੀ ਉਹਨੂੰ ਮੰਨਣਾ ਚਾਹੀਦਾ, ਉਹਦੀ ਉਪਸਥਿਤੀ ਨੂੰ ਮੰਨਣਾ ਚਾਹੀਦਾ। ਸੋ ਮੈਨੂੰ ਉੱਥੇ ਜਾ ਕੇ ਇਹ ਗੱਲ ਬੜੀ ਮਹਿਸੂਸ ਹੋਈ ਸੀ ਅਤੇ ਜਿਹੜੀ ਐਕਚੁਅਲੀ ਮੈਨੂੰ ਪਹਿਲੀ ਵਾਰੀ ਹੋਈ। ਨਹੀਂ ਤਾਂ ਅਸੀਂ ਬੜਾ ਸਹਾਰਾ ਕਰ ਹੀ ਲਈਦਾ ਕਿ ਚਲੋ ਹੁਣ ਠੀਕ ਆ ਪੜ੍ਹ ਲਿਆ ਜਾਣ ਲਿਆ, ਪਰ ਇੱਕ ਵਲਨਰੇਬਿਲਿਟੀ, ਇੱਕ ਇਨਸਾਨ ਦੀ ਵਲਨਰੇਬਿਲਿਟੀ, ਉਹਦੀ ਕਮਜ਼ੋਰੀ, ਜਦੋਂ ਖਾਸ ਤੌਰ 'ਤੇ ਕਈ ਲੋਕਾਂ ਨੇ
ਉਹ ਉਸ ਵੇਲੇ ਦੇ ਗਵਾਹ ਸੀਗੇ ਜਦੋਂ ਬਾਬਾ ਬਲਵੰਤ ਦੀ ਲਾਸ਼ ਜਿਹੜੀ ਸੀ ਉਹਨਾਂ ਨੂੰ ਸਨ ਸਟ੍ਰੋਕ ਹੋ ਗਿਆ ਅਤੇ ਉਹ ਸੜਕ 'ਤੇ ਬਿਨਾਂ ਸ਼ਨਾਖਤ ਤੋਂ ਕਿੰਨੀ ਦੇਰ ਪਈ ਰਹੀ। ਫਿਰ ਉਹਨਾਂ ਦੇ ਝੋਲੇ ਵਿੱਚੋਂ ਅੰਮ੍ਰਿਤਾ ਪ੍ਰੀਤਮ ਦਾ ਐਡਰੈਸ ਲੱਭਿਆ ਤਾਂ ਉਹਨਾਂ ਨੇ ਉਹਦੀ ਪਛਾਣ ਉਹ ਨਹੀਂ ਕੀਤੀ। ਫਿਰ ਉੱਥੇ ਕਰਨਜੀਤ ਜੀ ਸੀਗੇ ਉਹ ਗਏ। ਸੋ ਇੱਕ ਤੁਹਾਨੂੰ ਇਹ ਬੜੀ ਇੱਕ ਅਲੂਫਨੈਸ ਵੀ ਮਹਿਸੂਸ ਹੁੰਦੀ ਇੱਦਾਂ ਦੀਆਂ ਗੱਲਾਂ ਸੁਣ ਕੇ, ਪਰ ਫਿਰ ਅਸੀਂ ਦੇਖਦੇ ਹਾਂ ਕਿ ਇੱਦਾਂ ਦੀਆਂ ਗੱਲਾਂ ਵੀ ਇਤਿਹਾਸ ਵਿੱਚ ਹੁੰਦੀਆਂ ਰਹਿੰਦੀਆਂ। ਉਹ ਕੋਈ ਭਾਵੇਂ ਸਾਡਾ ਜਿੰਨਾ ਮਰਜ਼ੀ ਵੱਡਾ ਕਲਚਰਲ ਆਈਕੋਨ ਹੋਵੇ, ਕਈ ਵਾਰ ਉਹਦੇ ਜੀਵਨ ਵਿੱਚ ਇੰਨੀ ਅਲੂਫਨੈਸ, ਇੰਨੀ ਆਈਸੋਲੇਸ਼ਨ ਹੁੰਦੀ ਹੈ ਜਿਹੜੀ ਅਸੀਂ ਸੋਚ ਵੀ ਨਹੀਂ ਸਕਦੇ। ਨਿੱਦਾਂ ਨਾ ਹੋਵੇ ਤਾਂ ਰੋਲਾ ਬਾਰਥ, ਜਿਹਨੂੰ ਲੋਕ ਪੜ੍ਹ ਪੜ੍ਹ ਕੇ ਉਹਦੀਆਂ ਸਹੁੰਆਂ ਖਾਂਦੇ ਆ, ਰੋਲਾ ਬਾਰਥ ਵੀ ਇੱਦਾਂ ਹੀ ਸੜਕ 'ਤੇ ਇੱਕ ਦਿਨ ਪਿਆ ਰਿਹਾ ਸੀ, ਉਹਨੂੰ ਕਿਸੇ ਨੇ ਪਛਾਣਿਆ ਨਹੀਂ ਕਿ ਇਹ ਹੈ ਕੌਣ। ਸੋ ਪੂਰੇ ਮਤਲਬ ਜਿਹੜੀ ਕਿਸੇ ਕਵੀ ਦੇ, ਕਿਸੇ ਬੰਦੇ ਦੇ ਜੀਵਨ ਦੀ ਜਿਹੜੀ ਸਮੁੱਚਤਾ ਆ, ਉਹ ਸਾਨੂੰ ਬਹੁਤ ਲੈਵਲਸ 'ਤੇ ਮਤਲਬ ਹਿਊਮਨਾਈਜ਼ ਕਰਦੀ ਹੈ। ਮਤਲਬ ਜੇ ਇਕੱਲੀਆਂ ਕਿਤਾਬਾਂ ਪੜ੍ਹੋ ਤਾਂ ਤੁਹਾਨੂੰ ਬਾਬਾ ਬਲਵੰਤ ਨਹੀਂ ਸਮਝ ਆਊਗਾ। ਸੋ ਕਿਤੇ ਨਾ ਕਿਤੇ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰਦੀ ਸੀ ਕਿ ਸਾਡੀ ਜਿਹੜੀ ਸਾਹਿਤ ਪੜ੍ਹਨ ਦੀ ਸਮਝ ਆ, ਉਹਨੂੰ ਵੀ ਸਾਨੂੰ ਸ਼ਾਇਦ ਥੋੜ੍ਹਾ ਵਿਸਤਾਰ ਕਰਨ ਦੀ ਜ਼ਰੂਰਤ ਹੈ। ਇਹ ਇੱਦਾਂ ਦੀਆਂ ਮੌਤ ਹੁੰਦੀ, ਮੌਤ ਦਾ ਖਿਆਲ, ਮੌਤ ਦੀ ਘਟਨਾ ਹੀ ਇੱਦਾਂ ਦੀ ਹੁੰਦੀ ਜਿਹੜੀ ਬਹੁਤ ਉਦਵੇਲਿਤ ਕਰਦੀ ਹੈ ਤੁਹਾਨੂੰ, ਨਾ ਉਹ ਲੈਵਲ ਕਰ ਦਿੰਦੀ ਹੈ। ਉਹ ਮੈਂ ਮੇਰੀ ਕੁਇਰੀ ਬਾਰੇ ਪੜ੍ਹਦੀ ਪਈ ਸੀ ਕਿ ਉਹ ਅਤੇ ਉਹਦਾ ਪਤੀ ਕਿੰਨੇ ਕ੍ਰੀਏਟਿਵ ਸਾਇੰਟਿਸਟ ਸੀ। ਇੱਕ ਔਰਤ ਹੋ ਕੇ ਦੋ ਵਾਰ ਤਾਂ ਉਹਨੂੰ ਨੋਬੈਲ ਪ੍ਰਾਈਜ਼ ਹੀ ਮਿਲ ਗਿਆ, ਪਰ ਐਕਚੁਅਲੀ ਉਹ ਦੋਨੋਂ ਡ੍ਰੀਮਰ ਸੀਗੇ। ਉਹ ਕਿੱਦਾਂ ਇੱਕ ਵਿਗਿਆਨਿਕ ਵੀ ਦੇਖੋ ਕਿਵੇਂ ਕਵੀ ਹੁੰਦਾ, ਉਹ ਰੇਡੀਓ ਐਕਟਿਵ ਮਟੀਰੀਅਲ ਜਿਹੜਾ ਉਹ ਆਪਣੀ ਲੈਬ ਵਿੱਚ ਰੱਖਦੀ ਹੁੰਦੀ ਸੀ, ਉਹ ਟਨਾਂ ਦੇ ਕੂੜੇ ਵਿੱਚੋਂ ਉਹਨਾਂ ਨੂੰ ਮਿਲੀਗ੍ਰਾਮਸ ਦੇ ਵਿੱਚ ਲੱਭਦਾ ਸੀ। ਅਤੇ ਉਸ ਵੇਲੇ ਗਰੀਬੀ ਦੇ ਵਿੱਚ ਜਿਹੜੇ ਸਟਰਗਲਰਸ ਹੁੰਦੇ ਆ ਉਹਨਾਂ 'ਤੇ ਕੋਈ ਅਕੈਡਮੀ ਵਿਸ਼ਵਾਸ ਨਹੀਂ ਕਰਦੀ, ਉਹਨਾਂ ਨੂੰ ਕੋਈ ਗ੍ਰਾਂਟ ਨਹੀਂ ਸੀ ਮਿਲਦੀ, ਹਜੇ ਉਹਨਾਂ ਨੂੰ ਕੋਈ ਉਹਨਾਂ ਦੀ ਪ੍ਰਵਾਨਤਾ ਨਹੀਂ ਹੋਈ ਸੀਗੀ। ਅਤੇ ਉਹ ਇੱਕ ਬੜੇ ਹੀ ਢਿੱਲੇ ਢਾਲੇ ਜਿਹੇ ਕਮਰੇ ਦੇ ਵਿੱਚ ਆਪਣੇ ਪ੍ਰਯੋਗ ਕਰਦੀ ਹੁੰਦੀ ਸੀ, ਕੂੜੇ ਨੂੰ ਸਾੜ ਸਾੜ ਕੇ ਵਿੱਚੋਂ 2-4 ਮਿਲੀਗ੍ਰਾਮ ਰੇਡੀਅਮ ਲੱਭਣਾ। ਅਤੇ ਉਹਨੇ ਇੱਕ ਬੜੀ ਖੂਬਸੂਰਤ ਗੱਲ ਲਿਖੀ ਬਾਅਦ ਦੇ ਵਿੱਚ ਕਿ ਵੀ ਮੈਂ ਦਿਨ ਵੇਲੇ ਮੈਂ ਉੱਥੇ ਸਾਇੰਟਿਸਟ ਦੀ ਤਰ੍ਹਾਂ ਕੰਮ ਕਰਦੀ ਸੀ, ਵੀ ਇਹਦੇ ਭੌਤਿਕ ਗੁਣ ਕੀ ਆ, ਇਹਦੇ ਰਸਾਇਣਿਕ ਗੁਣ ਕੀ ਆ, ਅਤੇ ਰਾਤ ਨੂੰ ਮੈਂ ਇੱਕ ਜਿਗਿਆਸੂ ਦੀ ਤਰ੍ਹਾਂ ਉਹਦੀ ਚਮਕ ਦੇਖਣ ਜਾਂਦੀ ਹੁੰਦੀ ਸੀ। ਉਸ ਵੇਲੇ ਮੈਂ ਵਿਗਿਆਨਿਕ ਨਹੀਂ ਹੁੰਦੀ ਸੀ। ਸੋ ਜਿਵੇਂ ਤੁਸੀਂ ਕਿਹਾ ਕਿ ਇੱਕ ਸਾਇੰਟਿਫਿਕ ਮੈਨੂਅਲ ਵੀ ਪੀਸ ਆਫ ਲਿਟਰੇਚਰ ਹੁੰਦਾ ਆ, ਉਸੇ ਤਰੀਕੇ ਦੇ ਨਾਲ ਇੱਕ ਸਾਇੰਟਿਸਟ ਵੀ ਇੱਕ ਪੋਇਟ ਹੁੰਦਾ। ਇਹ ਇੱਕ ਪੋਇਟ ਹੀ ਕਰ ਸਕਦਾ ਨਾ ਕਿ ਦਿਨ ਵੇਲੇ ਉਹਨੂੰ ਪਤਾ ਇਹ ਚਮਕ ਕੋਈ ਅਚੰਬਾ ਨਹੀਂ ਆ, ਇਹ ਤਾਂ ਚੀਜ਼ਾਂ ਦਾ ਪ੍ਰਕਿਰਤਿਕ ਗੁਣ ਆ, ਪਰ ਕੋਈ ਵੀ ਚੀਜ਼ ਹਨੇਰੇ 'ਚ ਚਮਕਦੀ ਹੋਵੇ ਤਾਂ ਐਕਚੁਅਲੀ ਤਾਂ ਇਹ ਮੈਜਿਕ ਹੀ ਹੈ। ਸੋ ਉਹਨੇ ਆਪਣੇ ਅੰਦਰ ਦੇ ਉਸ ਕਵੀ ਨੂੰ ਕਦੇ ਨਹੀਂ ਮਾਰਿਆ ਸੀ। ਉਸੇ ਤਰੀਕੇ ਨਾਲ ਮੈਂ ਇਹ ਕਹਿਣਾ ਚਾਹੁੰਦੀ ਕਿ ਕਵੀ ਵੀ ਆਪਣੀ ਤਰ੍ਹਾਂ ਦਾ ਇੱਕ ਵਿਗਿਆਨਿਕ ਹੁੰਦਾ ਹੈ, ਜਿਹੜਾ ਸਾਡੇ ਮਨ ਨੂੰ, ਸਾਡੀ ਆਤਮਾ ਨੂੰ, ਸਾਡੇ ਸੰਘਰਸ਼ਾਂ ਨੂੰ ਇੱਕ ਬਿਲਕੁਲ ਹੀ ਅਲੱਗ ਤਰ੍ਹਾਂ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਸੋ ਮੈਂ ਉਹਦੀ ਕਵਿਤਾ ਇੱਕ ਹੈਗੀ ਬੰਦਰਗਾਹ, ਇਹ ਉਹਦੀ ਸੰਗ੍ਰਹਿ ਦੀ ਸ਼ੀਰਸ਼ਕ ਕਵਿਤਾ ਆ। ਇਹ ਇਸ ਇੱਕ ਕਿਸ ਅਜੀਬ ਹੀ ਦੁਨੀਆ 'ਚ ਗੁੰਮ ਗਈ ਹੈ ਨਿਗਾਹ। ਮਤਲਬ ਮੈਨੂੰ ਲੱਗਾ ਕਿ ਅੱਜ ਦਾ ਸਾਰਾ ਸਾਡੇ ਅੱਜ ਦੀ ਯਥਾਰਥ ਦਾ ਮੌਜੂ ਹੀ ਇਹ ਆ ਕਿ ਗੁੰਮ ਗਈ ਹੈ ਨਿਗਾਹ, ਇਹ ਸੁਪਨ ਸਿੰਧੂ ਕਿਨਾਰੇ ਖਿਆਲ ਬੰਦਰਗਾਹ, ਧਰੂ 'ਚ ਰੋਸ਼ਨੀ ਕਰਦੇ ਕਿਨਾਰਿਆਂ ਦੇ ਮੀਨਾਰ, ਅਲੋਪ ਹੁਨਰ ਦਾ ਜਾਦੂ
ਇਹ ਨੀਲ ਨਲ ਦੀ ਬਹਾਰ, ਅਲੋਪ ਹੁਨਰ ਦਾ ਜਾਦੂ, ਸਭ ਕੁਛ ਹੈ, ਉਹ ਕਹਿ ਰਹੇ ਸਭ ਕੁਛ ਹੈ ਕੁਦਰਤ ਦੇ ਵਿੱਚ ਫੈਲਿਆ ਹੋਇਆ, ਪਰ ਨਿਗਾਹ ਕਿੱਥੇ ਆ? ਜਾਂ ਫਿਰ ਇਸ ਨੂੰ ਹੁਨਰ, ਇਹਦਾ ਇਹਨੂੰ ਜਿਉਣ ਦਾ ਹੁਨਰ ਜਿਹੜਾ ਆ ਉਹ ਅਲੋਪ ਆ। ਸਿਤਾਰਿਆਂ ਦੇ ਮਸਾਲੇ ਤੋਂ ਦੂਰ ਪੁੱਲ ਦਾ ਵਜੂਦ, ਹਯਾਤ ਪਾਣੀ 'ਚ ਲੜਦੇ ਹੋਏ ਅਜ਼ਲ ਦੇ ਖਰੂਦ, ਸੁਰੇਖ ਪੈਰ ਮੁਸਾਫਰ 'ਚ ਨਾਚ ਬੇਦਾਰੀ, ਅਨੂਪ ਛਾਇਆ ਮੁਲਾਕਾਤ ਦੀ ਕਲਾਕਾਰੀ, ਪਹਿਲੀ ਮੰਜ਼ਿਲ ਹੈ ਕੀ ਐ ਮੇਰੀ ਅਗਮ ਦਰਗਾਹ, ਸੁਰਤ ਜਰਮਦੀ ਹੀ ਜਾਂਦੀ ਹੈ ਪ੍ਰਥਮ ਬੰਦਰਗਾਹ। ਇਹ ਕੌਣ ਬਾਹਰ ਕਰੀ ਜਾ ਰਿਹਾ ਹੈ ਸ਼ਾਮਿਲ ਨੂੰ? ਅਸੀਂ ਜਿਸ ਐਕਸਕਲੂਜਨ ਦੀ ਗੱਲ ਕਰਦੇ ਹਾਂ ਕਿ ਕੌਣ ਆ ਜਿਹੜਾ ਸਾਨੂੰ ਬਾਹਰ ਕੱਢੀ ਜਾ ਰਿਹਾ, ਇਹ ਕੌਣ ਬਾਹਰ ਕਰੀ ਜਾ ਰਿਹਾ ਸ਼ਾਮਿਲ ਨੂੰ? ਡਬੋਈ ਜਾਂਦਾ ਹੈ ਇਹ ਕਿਸ ਲਈ ਮੇਰੀ ਗੱਲ, ਮੇਰੇ ਦਿਲ ਨੂੰ? ਨਾ ਕੁਛ ਜ਼ੁਬਾਨ ਤੋਂ ਕਹਿਣਾ, ਨਾ ਕੁਛ ਇਸ਼ਾਰੇ ਤੋਂ, ਹਟਾਉਣ ਵਾਲੇ ਨੇ ਕਿਉਂ ਮੌਣ ਹੀ ਦੁਆਰੇ ਤੋਂ? ਮੈਂ ਚਾਹ ਰਿਹਾ ਹਾਂ ਤੇਰੇ ਸਾਹਮਣੇ ਸਮਾ ਜਾਵਾਂ, ਮੈਂ ਕਾਸ਼ ਤੇਰੇ ਖਫਾ ਹੋਣ ਤੇ ਹੀ ਛਾ ਜਾਵਾਂ। ਕੋਈ ਤਾਂ ਆਖੋ ਮੇਰੇ ਨਾਚ ਦੀ ਖਤਾ ਕੀ ਹੈ? ਅੱਜ ਇੰਡੀਆ ਦਾ ਕੋਈ ਵੀ ਡਾਇਰੈਕਟਰ ਐਕਚੁਅਲੀ ਇਹੀ ਕਹਿੰਦਾ, ਕੋਈ ਤਾਂ ਆਖੋ ਮੇਰੇ ਨਾਚ ਦੀ ਖਤਾ ਕੀ ਹੈ, ਤੂੰ ਆਪ ਕਹਿ ਦੇ ਮੇਰੇ ਸ਼ੌਕ ਦੀ ਉਪਾਅ ਕੀ ਹੈ। ਜਹਾਜ਼ ਵਾਲਿਓ ਠਹਿਰੋ, ਤਿਆਰ ਹਾਂ ਮੈਂ ਵੀ। ਜਹਾਜ਼ ਵਾਲਿਓ ਯਾਰੋ ਫੜੋ ਮੇਰੀ ਗਠੜੀ, ਜਹਾਜ਼ ਵਾਲਿਓ ਠਹਿਰੋ ਕਿ ਰੋ ਰਿਹਾ ਹਾਂ ਮੈਂ, ਨਜ਼ਰ ਦੀ ਜੋਤ ਨੂੰ ਪਾਣੀ 'ਚ ਬੋ ਰਿਹਾ ਹਾਂ ਮੈਂ, ਨਜ਼ਰ ਦੀ ਜੋਤ ਨੂੰ ਪਾਣੀ 'ਚ ਬੋ ਰਿਹਾ ਹਾਂ ਮੈਂ। ਜਹਾਜ਼ ਵਾਲਿਓ ਰੋਕੋ ਕਿ ਆ ਰਿਹਾ ਹਾਂ ਮੈਂ, ਮਹਾ ਅਨੂਪ ਕਿਨਾਰੇ ਨੂੰ ਰਿਹਾ ਜਾ ਹਾਂ ਮੈਂ। ਜਹਾਜ਼ ਵਾਲੇ ਸਦਾ ਖੈਰ ਬਾਦਬਾਨਾ ਦੀ, ਜਹਾਜ਼ ਵਾਲੇ ਸਦਾ ਜੈ ਤੇਰੇ ਨਿਸ਼ਾਨਾ ਦੀ, ਤੂੰ ਆਪਣੇ ਮੌਨ ਸਿਪਾਹੀਆਂ ਦੇ ਦਿਲ 'ਚ ਦਰਦ ਜਗਾ, ਤੂੰ ਕਹਿ ਦੇ ਕਿ ਸੁਪਨਕਾਰ ਹੈ ਸਭ ਤੋਂ ਜੁਦਾ। ਸੋ ਇਹ ਇੱਕ ਬਨਗੀ ਹੈ ਬਾਬਾ ਬਲਵੰਤ ਦੀ ਕਵਿਤਾ ਦੀ। ਹੁਣ ਇੱਥੇ ਦੇਖੋ ਕਿੱਥੇ ਕੁਦਰਤ ਦਾ ਪ੍ਰੇਮ ਆ, ਕਿੱਥੇ ਸਮਾਜ ਆ, ਕਿੱਥੇ ਉਸ ਆਦਮੀ ਦੀ ਨਿੱਜ ਪੀੜਾ ਆ, ਕਿਉਂਕਿ ਅਸੀਂ ਉਹਨੂੰ ਵੱਖ ਕਰਕੇ ਵੇਖ ਹੀ ਨਹੀਂ ਸਕਦੇ। ਇਹ ਸਾਡੇ ਵੇਖਣ ਦੇ ਵਿੱਚ ਜਿਹੜੀ ਆ ਉਹ ਇੱਕ ਬਹੁਤ ਵੱਡੀ ਸਾਡੇ ਕੋਲੋਂ ਇੱਕ ਊਣਤਾਈ ਹੋਈ ਆ ਕਿ ਸਾਨੂੰ ਲੱਗਦਾ ਕਿ ਅਸੀਂ ਜਿਵੇਂ ਕਿਸੇ ਨੂੰ ਜਿਵੇਂ ਦੇਖ ਲੈਂਦੇ ਹਾਂ ਉਵੇਂ ਹੀ ਮੰਨ ਲੈਂਦੇ ਹਾਂ, ਹੈ ਨਾ। ਜਿਹੜਾ ਕੱਚਾ ਹੋ ਕੇ ਆਪਣੇ ਮਨ ਦੀ ਗੱਲ ਕਰ ਲੈਂਦਾ ਉਹਨੂੰ ਕਮਜ਼ੋਰ ਸਮਝ ਲੈਂਦੇ ਹਾਂ, ਜਿਹੜਾ ਨਹੀਂ ਕਰਦਾ ਉਹਨੂੰ ਮਜ਼ਬੂਤ ਸਮਝ ਲੈਂਦੇ ਹਾਂ, ਪਰ ਐਕਚੁਅਲੀ ਤਾਂ ਅਸੀਂ ਸਾਰਾ ਕੁਛ ਹੀ ਹੁੰਦੇ ਹਾਂ ਨਾ। ਉਹ ਬੰਦਾ ਤੁਹਾਨੂੰ, ਉਹ ਸਾਨੂੰ ਪਤਾ ਨਹੀਂ ਹੁੰਦਾ ਕਿ ਉਹਦੇ ਅੰਦਰ ਕੀ ਗੁਜ਼ਰ ਰਹੀ ਹੁੰਦੀ ਹੈ। ਸੋ ਬਾਬਾ ਬਲਵੰਤ ਦੀਆਂ ਕਵਿਤਾਵਾਂ ਬਹੁਤ ਹੀ ਸੂਖਮ ਕਵਿਤਾਵਾਂ ਆ। ਵੀ ਉਹਨਾਂ ਦੀਆਂ 4-5 ਕਵਿਤਾਵਾਂ ਵੀ ਅਸੀਂ ਜੇ ਪੜ੍ਹ ਲਈਏ ਤਾਂ ਸਾਨੂੰ ਬਹੁਤ ਉਹਦੇ ਨਾਲ ਇੱਕ ਕਨੈਕਸ਼ਨ ਮਹਿਸੂਸ ਹੁੰਦਾ ਹੈ। ਕਮ ਸੇ ਕਮ ਉਹ ਇੱਕ ਇਹੋ ਜਿਹਾ, ਹੋਰ ਕੁਛ ਨਾ ਸਹੀ, ਮੈਂ ਹੁਣ ਪੋਇਟਸ ਨੂੰ ਇੱਦਾਂ ਨਹੀਂ ਪੜ੍ਹਦੀ ਕਿ ਉਹਦੀ ਪੰਜਾਬੀ ਸਾਹਿਤ ਵਿੱਚ ਕੀ ਜਗ੍ਹਾ ਆ, ਉਹਦੀ ਵਿਸ਼ਵ ਸਾਹਿਤ ਵਿੱਚ ਕੀ ਜਗ੍ਹਾ ਆ। ਹੁਣ ਤਾਂ ਮੈਂ ਇਹ ਸੋਚਦੀ ਕਿ ਇਹਦੇ ਮੇਰੇ ਦਿਲ ਵਿੱਚ ਕੀ ਜਗ੍ਹਾ ਆ, ਕਿ ਮੈਨੂੰ ਇਹਦੀ ਕੀ, ਮੇਰੀ ਜ਼ਿੰਦਗੀ ਵਿੱਚ ਕਿਵੇਂ ਮਹੱਤਵਪੂਰਨ ਹੋ ਰਿਹਾ, ਮੈਨੂੰ ਕੀ ਸਮਝਾ ਰਿਹਾ। ਅਤੇ ਬਾਬਾ ਬਲਵੰਤ ਦੇ ਕੋਲ ਇਹੋ ਜਿਹਾ ਬਹੁਤ ਕੁਛ ਆ ਜੋ ਸਾਨੂੰ ਸਾਡੇ ਬਹੁਤ ਹੀ ਨਿਤਾਂਤ ਦੁੱਖ ਦੇ ਛਣਾਂ ਦੇ ਵਿੱਚ ਵੀ, ਬੜੇ ਸੰਘਰਸ਼ ਦੇ ਛਣਾਂ ਵਿੱਚ ਵੀ, ਅਤੇ ਬੜੇ ਪ੍ਰੇਮ ਦੇ ਛਣਾਂ ਵਿੱਚ ਵੀ, ਮਤਲਬ ਉਹ ਸਾਡੇ ਨਾਲ ਸ਼ਾਮਿਲ ਹੋ ਸਕਦਾ ਆ। ਮਤਲਬ ਉਹ ਮੇਰੇ ਦਿਲ ਦਾ ਕਵੀ ਹੋ ਸਕਦਾ ਹੈ। ਵਾਹ।